पिंड बचाओ पंजाब बचाओ का नारा लैके पंजाब बचाओ काफिला लैके निकले तख्त श्री दमदमा साहब के सबका जथेदार भाई केवल सिंह। अज अजनाला विखे गुरद्वारा शहीदा वाला खूह पहुंचे जिथे उन्होंने गुरद्वारा कमेटी वालों मान सम्मान किया गया। उन्होंने समूह लोगों को अपील की कि वह अपना पंजाब बचाने लिए अगे आउन। इस मौके सबका जथेदार भाई केवल सिंह ने कहा कि वह 3 महीने पूरे पंजाब अंदर घूमणगे जिथे वह लोगों को उन्होंने जमहूरी हकों बारे जागरूक करनगे। उन्होंने कहा कि 1973 के अंदर श्रोमणी अकाली दल ने वध अधिकारां दी गल करदे हुए मोर्चा भी लगाया सी। अज सानू लोड़ है कि असी अपने हकों नू जाणीए। वाहिगुरु जी की फतेह। अज असीं पावन शहीदां दी धरती ते गुरद्वारा श्री गुरु सिंह सभा अजनाला शहर विखे पहुँचे हाँ। साडा पंजाब बचाओ काफिला जिहड़ा पंजाब दे सारी संगत दी आबादी दी भावना नूं लै के 1 नवंबर जिस दिन पंजाब दा कतल किया गया सी, 4 हिस्सों 'च वंडिया गया सी, श्री दरबार साहब अरदास करके जलियांवाले बाग दी धरती ते एकत्रता करके ਇਹ ਕਾਫਲਾ ਆਰੰਭ ਹੋਇਆ ਹੈ। ਇਹ ਕਾਫਲਾ 3 ਮਹੀਨੇ ਪੂਰੇ ਪੰਜਾਬ ਦੇ ਵਿੱਚ ਚੱਲੇਗਾ ਔਰ ਇਹ ਹਰ ਜ਼ਿਲ੍ਹੇ ਅੰਦਰ 4 ਦਿਨ ਅਸੀਂ ਲਾ ਰਹੇ ਹਾਂ ਅਤੇ ਚੰਡੀਗੜ੍ਹ ਸਮੇਤ ਸਾਡੇ ਜਿਹੜੇ 92 ਦਿਨ ਜਿਹੜੇ ਨੇ ਪੂਰੇ ਪੰਜਾਬ ਦੇ ਅੰਦਰ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਿਕਲੇ ਹਾਂ ਕਿ ਪੰਜਾਬ ਦੇ ਵਾਸੀਓ ਆਓ ਆਪਣੇ ਪੰਜਾਬ ਦੇ ਮੁੱਦਿਆਂ ਬਾਰੇ ਜਾਣੀਏ। ਅੱਜ ਸਾਡੇ ਪੰਜਾਬ ਨੂੰ ਕੀ ਕੁਝ ਚਾਹੀਦਾ ਹੈ। ਅਸੀਂ ਸਭ ਤੋਂ ਪਹਿਲਾਂ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਜਿਹੜਾ 1973 ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਵੱਧ ਅਧਿਕਾਰਾਂ ਦੀ ਗੱਲ ਕਰਕੇ ਮੋਰਚਾ ਵੀ ਲਾਇਆ ਸੀ, ਜਮਹੂਰੀ ਹੱਕ ਜਿਹੜੇ ਨੇ ਉਹ ਸਾਡੇ ਖਤਮ ਹੋ ਚੁੱਕੇ ਨੇ, ਇਸ ਤਰ੍ਹਾਂ ਦੇਸ਼ ਦਾ ਸੰਘੀ ਢਾਂਚਾ ਜਿਹੜਾ ਹੈ ਉਹ ਮਾਰਿਆ ਜਾ ਚੁੱਕਾ ਹੈ। ਔਰ ਦੂਜੀ ਗੱਲ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਅੱਜ ਪੰਜਾਬ ਦੇ ਲੋਕ ਪੰਜਾਬ ਨੂੰ ਪਿਆਰ ਕਰਨਾ ਕਿਉਂ ਬੰਦ ਕਰ ਗਏ ਨੇ। ਅੱਜ 1.5 ਲੱਖ ਸਾਡਾ ਬੱਚਾ ਪੰਜਾਬ ਤੋਂ ਹਰ ਸਾਲ ਬਾਹਰ ਜਾ ਰਿਹਾ ਹੈ। ਇਹ ਕਿਉਂ ਜਾ ਰਿਹਾ ਹੈ, ਕਿੰਨਾ ਕਾਰਨਾਂ ਕਰਕੇ ਜਾ ਰਿਹਾ ਹੈ? ਕਿ ਪੰਜਾਬ ਰੋਟੀ ਨਹੀਂ ਦੇ ਸਕਦਾ? ਕਿ ਪੰਜਾਬ ਦੇ ਰੁਜ਼ਗਾਰ ਨਹੀਂ? ਕਿਉਂ ਨਿਰਾਸ਼ ਕਰ ਦਿੱਤੇ ਗਏ ਨੇ? ਕਿਉਂ ਮਾਪੇ ਆਪਣੇ ਬੱਚੇ ਆਪਣੇ ਆਪ ਬਾਹਰ ਭੇਜ ਰਹੇ ਨੇ? ਪੰਜਾਬ ਦੀ ਆਰਥਿਕਤਾ ਅੱਜ ਤੋਂ ਕੁਝ ਸਾਲ ਪਹਿਲਾਂ 40,000 ਕਰੋੜ ਰੁਪਈਆ ਵਿਦੇਸ਼ ਵਿੱਚ ਪੰਜਾਬ ਆਇਆ ਕਰਦਾ ਸੀ, ਅੱਜ 40,000 ਕਰੋੜ ਰੁਪਈਆ ਪੰਜਾਬ ਦਾ ਵਿਦੇਸ਼ ਜਾ ਰਿਹਾ ਹੈ। ਪੰਜਾਬ ਕਿਉਂ ਨਹੀਂ ਪਿੱਛੇ ਜਾਏਗਾ? ਇਸ ਤਰ੍ਹਾਂ ਕਿਸਾਨੀ ਦੀ ਗੱਲ ਕਰ ਰਹੇ ਹਾਂ। ਕਿਸਾਨੀ ਜਿਹੜੇ ਕਾਲੇ ਕਾਨੂੰਨ ਬਣੇ ਨੇ ਉਹ ਕਾਨੂੰਨ ਕਿਉਂ ਬਣਾਏ ਗਏ ਨੇ? ਕਾਨੂੰਨ ਕੇਵਲ ਕਿਸਾਨਾਂ ਵਾਸਤੇ ਨਹੀਂ ਬਣਾਏ ਗਏ, ਇਹ ਬਲਕਿ ਪੂਰੇ ਭਾਰਤ ਦੀ ਜਿਹੜਾ ਸਾਡਾ ਭਾਈਚਾਰਾ ਹੈ, ਮਨੁੱਖ ਹੈ, ਉਹਨੂੰ ਮਾਰਨ ਲਈ ਬਣਾਏ ਗਏ ਨੇ। ਕਿਸਾਨੀ ਨਾਲ ਸਭ ਕੁਝ ਵਪਾਰ ਜੁੜਿਆ, ਦੁਕਾਨਾਂ ਜੁੜੀਆਂ, ਕਾਰੋਬਾਰ ਜੁੜਿਆ ਹੋਇਆ। ਅਗਰ ਕਿਸਾਨੀ ਮਰਦੀ ਹੈ ਤਾਂ ਦੂਜਾ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਮ ਬੰਦਾ ਰੋਟੀ ਖਾਣ ਤੋਂ ਆਤਰ ਹੋ ਜਾਏਗਾ। ਜਿਵੇਂ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ, ਰੇਲਵੇ ਵੇਚੀ ਜਾ ਰਹੀ ਹੈ, ਹੋਰ ਬਹੁਤ ਵੱਡੀਆਂ ਵੱਡੇ ਅਦਾਰੇ ਭਾਰਤ ਸਰਕਾਰ ਦੇ ਉਹ ਵੇਚੇ ਜਾ ਰਹੇ ਨੇ। ਇਹ ਗੱਲਾਂ ਉਠਾਉਣ ਦੇ ਲਈ ਅਸੀਂ ਇਹ ਕਾਫਲਾ ਲੈ ਕੇ ਜਾ ਰਹੇ ਹਾਂ। ਨਾਲ ਬੇਨਤੀ ਕਰ ਰਹੇ ਹਾਂ ਕਿ ਪੰਜਾਬ ਦੇ ਆਪਣੇ ਵਾਰਸ ਪੈਦਾ ਹੋਣੇ ਚਾਹੀਦੇ ਨੇ। ਸਾਡਾ ਕਿਤਾਬਚਾ ਹੈ, ਉਹ 'ਤੇ ਲਿਖਿਆ ਸੀ ਪੰਜਾਬ ਆਪਣੇ ਵਾਰਸ ਲੱਭਦਾ ਹੈ। ਅੱਜ ਅਸੀਂ ਰਾਜਨੀਤਿਕ ਉਹਨਾਂ ਧਿਰਾਂ 'ਤੇ ਵਿਸ਼ਵਾਸ ਕਰ ਰਹੇ ਹਾਂ ਜਿਹੜੇ 70 ਸਾਲਾਂ ਤੋਂ ਕੇਵਲ ਰਾਜਨੀਤੀ ਕਰ ਰਹੀਆਂ ਨੇ, ਵਪਾਰਕ ਬਿਰਤੀ ਨਾਲ ਰਾਜਨੀਤੀ ਕਰ ਰਹੀਆਂ ਨੇ। ਅੱਜ ਤੱਕ ਪੰਜਾਬ ਬਾਰੇ ਸਹੀ ਤਰ੍ਹਾਂ ਸੋਚਣ ਲਈ ਕਿਸੇ ਧਿਰ ਨੇ ਵੀ ਕੰਮ ਨਹੀਂ ਕੀਤਾ ਅਤੇ ਅਸੀਂ ਅਦਲ ਬਦਲ ਕਰਕੇ ਉਹਨਾਂ ਨੂੰ ਵਾਪਸ ਲਈ ਆਉਂਦੇ ਹਾਂ। ਅਸੀਂ ਚਾਹੁੰਦੇ ਪੰਜਾਬ ਵਿੱਚ ਇੱਕ ਨਰੋਈ ਲੀਡਰਸ਼ਿਪ ਉੱਠੇ, ਨਵੇਂ ਬੱਚੇ ਅੱਗੇ ਆਉਣ, ਆਪਣੀ ਗੱਲ ਕਰਨ ਲਈ ਅੱਗੇ ਆਉਣ। ਅਸੀਂ ਕਿਸਾਨ ਜਥੇਬੰਦੀਆਂ ਨੂੰ ਬੜੇ ਅਦਬ ਨਾਲ ਬੇਨਤੀ ਕਰਦੇ ਹਾਂ ਕਿ ਅੱਜ ਜੇ ਤੁਸੀਂ 31 ਜਥੇਬੰਦੀਆਂ ਇਕੱਠੀਆਂ ਹੋਈਆਂ, ਜੇ ਮਜ਼ਦੂਰ ਜਥੇਬੰਦੀਆਂ ਨੇ, ਹੋਰ ਯੂਨੀਅਨ ਨੇ, ਇਕੱਠੀਆਂ ਹੋ ਕੇ ਆਉਣ ਵਾਲੇ ਸਮੇਂ ਲਈ ਸਾਰੀਆਂ ਰਾਜਸੀ ਧਿਰਾਂ ਨੂੰ ਪਾਸੇ ਛੱਡ ਕੇ ਆਪਣੇ ਉਮੀਦਵਾਰ ਖੜ੍ਹੇ ਕਰੋ ਤਾਂ ਕਿ ਰਵਾਇਤੀ ਲੀਡਰਸ਼ਿਪ ਤੋਂ ਪੰਜਾਬ ਨੂੰ ਖਹਿੜਾ ਛੁੱਟੇ ਅਤੇ ਪੰਜਾਬ ਦੇ ਆਪਣੇ ਸਹੀ ਵਾਰਸ ਜਿਹੜੇ ਵਕਾਊ ਨਾ ਹੋਣ, ਜਿਹੜੇ ਵੋਟਾਂ ਜਿਹੜੀਆਂ ਨੇ ਆਟੇ ਦਾਲ ਮਗਰ ਨਾ ਪੈਣ, ਮੋਬਾਈਲ ਫੋਨਾਂ ਪਿੱਛੇ ਨਾ ਪੈਣ, ਲਾਲਚ ਪਿੱਛੇ ਵੋਟ ਨਾ ਪਾਈ ਜਾਏ, ਆਪਣਾ ਕਿਰਦਾਰ ਜਿੰਦਾ ਰੱਖ ਕੇ ਕੰਮ ਕੀਤਾ ਜਾਏ। ਇਹ ਸੁਨੇਹਾ ਲੈ ਕੇ ਜਿਹੜਾ ਜੱਥਾ ਹੈ ਇਹ ਪੂਰੇ ਪੰਜਾਬ ਦੇ ਅੰਦਰ 92 ਦਿਨ ਜਾਏਗਾ। ਇਹ ਅਸੀਂ 10 ਸਾਲ ਤੋਂ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ ਥੱਲੇ ਕੰਮ ਕਰਦੇ ਆ ਰਹੇ ਹਾਂ। ਇਹਦੇ ਵਿੱਚ ਮਾਲਵੇ ਵਿੱਚ ਸਾਡਾ ਗ੍ਰਾਮ ਸਭਾ ਦੇ ਉੱਤੇ, ਮਨਰੇਗਾ ਦੇ ਉੱਤੇ ਕੰਮ ਬਹੁਤ ਹੋਇਆ, ਹੁਣ ਵੀ ਨਾਲ ਨਾਲ ਅਸੀਂ ਪੰਚਾਇਤ ਦੀ ਕੀਮਤ ਉਹਦੇ ਕਿਵੇਂ ਫੈਸਲੇ ਕਰਨ, ਇਹ ਗੱਲਾਂ ਕਰਦੇ ਕਰਦੇ ਅੱਗੇ ਵੱਧ ਰਹੇ ਹਾਂ।